अमृतसर पुलिस वध रहे क्राइम नु खत्म करन दे लई चुस्त नजर आ रही है। अज अमृतसर पुलिस ने पहले पड़ा च 40 चौंक च 202 कैमरे लगाए। तीन पड़ावां च सारे शहर नु कवर कीता जाएगा। महिला वूमेन हेल्प डेस्क की भी शुरुआत की गई है। पुलिस कमिश्नर सुखचैन सिंह गिल ने कहा कि शिकायत दर्ज करवाउन आईयां औरतां नु वूमेन डेस्क तो फायदा मिलेगा। यह वूमेन डेस्क हर पुलिस स्टेशन विच होवेगा। चेंज होंदा रहिंदा है। ये जिहड़ियां वूमेन हेल्प डेस्क असीं एस्टैबलिश कर रहे हैं, बेसिक दा पर्पज आ कि जदों भी लेडी कोई पुलिस स्टेशन दे विच आउंदी आ उहनूं पहले लैवल ते जिहड़ा इंटरैक्ट करन ਉਹ ਕੋਈ ਲੇਡੀ ਡੀਲ ਕਰੇ ਤਾਂ ਜੋ ਉਹਦੇ ਕੋਈ ਵੀ ਇਸ਼ੂ ਹੋਏਗੀ ਉਹ ਜ਼ਿਆਦਾ ਸੈਂਸਟਾਈਜ਼ ਹੋਏਗੀ ਉਹਦੇ ਵਾਸਤੇ। ਸੋ ਉਸੇ ਇਵਜ ਦੇ ਵਿੱਚ ਇਹ ਵੂਮੈਨ ਹੈਲਪ ਡੈਸਕ ਅਸਟੈਬਲਿਸ਼ ਕੀਤੇ ਜਾ ਰਹੇ ਔਰ ਉਹਦੀ ਕੰਪਲੇਂਟ ਦੇ ਹਿਸਾਬ ਨਾਲ ਜੇ ਉਹਦੀ ਕੋਈ ਕੋਗਨੀਜੇਬਲ ਅਫੈਂਸ ਬਣਦਾ ਉਹ SHO ਕੋਲ ਲੈ ਕੇ ਜਾਣਗੇ। ਜੇ ਕੋਈ ਕਾਉਂਸਲਿੰਗ ਦੀ ਲੋੜ ਆ, ਜੇ ਲੌਂਗ ਟਰਮ ਕਾਉਂਸਲਿੰਗ ਦੀ ਲੋੜ ਆ ਤਾਂ ਵੂਮੈਨ ਸੈੱਲ ਨੂੰ ਰੈਫਰ ਕਰ ਸਕਦੇ ਆ। ਅਦਰਵਾਈਜ਼ ਛੋਟੇ ਮਾਈਨਰ ਇਸ਼ੂਜ਼ ਦੇ ਵਿੱਚ ਆਪ ਡੀਲ ਕਰਕੇ ਵੀ ਉਹਨੂੰ ਰਿਜ਼ੋਲਵ ਕਰਾ ਸਕਦੇ। ਸੋ ਲੇਡੀਜ਼ ਨੂੰ ਥਾਣੇ ਦੇ ਵਿੱਚ ਜਾ ਕੇ ਫਸਟ ਲੈਵਲ ਜਿਹੜਾ ਇੰਟਰੈਕਸ਼ਨ ਹੁੰਦਾ ਉਹ ਕੰਫਰਟੇਬਲ ਹੋਵੇ ਉਹਦੇ ਵਾਸਤੇ ਇਹ ਸੈੱਲ ਅਸਟੈਬਲਿਸ਼ ਕੀਤੇ ਜਾ ਰਹੇ। ਜਿਹੜਾ ਅਸੀਂ ਅੱਜ CCTV ਕੈਮਰਾਜ਼ ਲਗਾਏ ਇਹਦਾ ਇੱਕ ਮੰਥ ਦਾ ਟਾਈਮ ਹੈਗਾ ਜੀ, ਇੱਕ ਮਹੀਨਾ ਇਹਦੀ ਰਿਕਾਰਡਿੰਗ ਸੇਵ ਰਹੇਗੀ। ਜੇ ਕੋਈ ਵੀ ਅਸੀਂ ਇੱਕ ਮਹੀਨੇ ਦੇ ਵਿੱਚ ਕੁਛ ਦੇਖਣਾ ਹੋਏਗਾ ਉੱਥੋਂ ਅਸੀਂ ਦੇਖ ਸਕਦੇ ਹਾਂ ਇਹਦੇ ਵਿੱਚ। ਨਹੀਂ, ਜਿਹੜੇ ਵੂਮੈਨ ਹੈਲਪ ਡੈਸਕ ਹੈ ਜੀ ਇਹ ਸਾਰੇ ਸਾਡੇ 20 ਦੇ 20 ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਅਸਟੈਬਲਿਸ਼ ਕਰ ਰਹੇ ਹਾਂ ਅੱਜ। ਹਾਂਜੀ ਮੈਮ, ਮੇਰਾ ਨਾਮ ਜਗਜੀਤ। ਮੇਰਾ ਨਾਮ ਡਾਕਟਰ ਮਨਪ੍ਰੀਤ ਸ਼ੀਮਾਰ ਹੈ। ਮੈਂ ਇੱਥੇ ਅੱਜ ACP ਸਾਈਬਰ ਕ੍ਰਾਈਮ ਵਰਕ ਕਰ ਰਹੀ ਹਾਂ। ਮੁਹਿੰਮ ਚਾਲੂ ਕੀਤੀ ਗਈ ਹੈ, ਕੀ ਕਰੋ? ਇਹਦੇ ਵਿੱਚ ਅਸੀਂ ਵਿਮੈਨ ਹੈਲਪ ਡੈਸਕ ਮੁਹਿੰਮ DGP ਸਰ ਵੱਲੋਂ ਚਾਲੂ ਕੀਤੀ ਗਈ ਹੈ ਸਾਰੇ ਹੀ ਜ਼ਿਲ੍ਹਿਆਂ ਵਿੱਚ। ਇਹਦੇ ਵਿੱਚ ਇਹਨਾਂ ਨੂੰ ਪੰਜਾਬ ਪੁਲਿਸ ਮਹਿਲਾ ਮਿੱਤਰ ਜਿਹੜੇ ਨੇ ਉਹ ਹਰ ਥਾਣੇ ਵਿੱਚ ਪੋਸਟ ਕੀਤੇ ਗਏ ਨੇ। ਇਹਨਾਂ ਦਾ ਮੇਨ ਮਕਸਦ ਇਹ ਹੈ ਕਿ ਜਦੋਂ ਵੀ ਕੋਈ ਲੇਡੀਜ਼ ਜਾਂ ਕੋਈ ਬਜ਼ੁਰਗ ਜਾਂ ਕੋਈ ਬੱਚਾ ਕੰਪਲੇਂਟ ਲੈ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਉਹਨਾਂ ਦੀ ਕੰਪਲੇਂਟ ਡੀਲ ਕਰਨ, ਇਹਨਾਂ ਦਾ ਫਸਟ ਇੰਟਰਫੇਸ ਇਹਨਾਂ ਨਾਲ ਹੋਵੇ ਤਾਂ ਕਿ ਉਹਨਾਂ ਦੀ ਕੰਪਲੇਂਟ ਜਲਦ ਤੋਂ ਜਲਦ ਡੀਲ ਹੋ ਸਕੇ। ਇਹਨਾਂ ਨੂੰ ਸੈਂਸੀਟਾਈਜ਼ ਕੀਤਾ ਗਿਆ ਹੈ ਤਾਂ ਕਿ ਉਹਨਾਂ ਨਾਲ ਵਧੀਆ ਤਰ੍ਹਾਂ ਗੱਲ ਕਰਕੇ ਉਹਨਾਂ ਦੀ ਕੰਪਲੇਂਟ ਡੀਲ ਕਰ ਸਕਣ। ਬਲੰਟ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।